सत श्री अकाल नमस्कार ते आदाब मैं हाँ हरजिंद कौर मांगड़ ते तुसी देख रहे इंडोज टीवी स्वागत है जी सारयां दा दूजा पक्ष प्रोग्राम जो कि साडा स्पैशल हमेशा असीं मंगलवार नूं करदे आं जी ते इस प्रोग्राम दे विच विचार चर्चा करन लई साडे नाल जुड़दे ने जी मिंटू बराड़ सीनियर जर्नलिस्ट एडिलेड तों पर इस समय जिवें कि तुहानूं पहलां वी दस्सिया सी कि ओह इस समय अमेरिका दे दौरे ते ने करदे आं जी उहनां दा स्वागत मिंटू बराड़ जी स्वागत है तुहाडा ਸਤਿ ਸ਼੍ਰੀ ਅਕਾਲ ਹਰਜਨ ਜੀ ਤੇ ਸਾਰੇ ਇੰਡੋਸ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਜੀ ਸਾਰੇ ਜੁੜਦੀ ਕਲਾ ਚੋਂ ਜੀ ਮਿੰਟੂ ਬਰਾੜ ਜੀ ਅਮਰੀਕਾ ਦੇ ਦੌਰੇ ਤੇ ਹੋ ਤੁਸੀਂ ਕਾਫੀ ਵੱਖ ਵੱਖ ਥਾਵਾਂ ਦੇ ਉੱਤੇ ਜਾ ਰਹੇ ਹੋ ਸੋ ਇਸ ਵੇਲੇ ਤੁਹਾਡੀ ਕੀ ਲੋਕੇਸ਼ਨ ਹੈ ਕਿੱਥੇ ਬੈਠੇ ਹੋ ਤੁਸੀਂ ਹਾਂ ਬਿਲਕੁਲ ਜੀ ਕੈਲੀਫੋਰਨੀਆ ਦੀ ਲੋਕੇਸ਼ਨ ਤੇ ਮੈਂ ਜਾਣਾ ਚਾਹੁੰਦਾ ਸੀ ਹੋਰ ਥਾਵਾਂ ਦੇ ਉੱਤੇ ਵੀ ਪਰ ਕੈਲੀਫੋਰਨੀਆ ਹੀ ਐਡਾ ਵੱਡਾ ਕਿ ਫਿਲਹਾਲ ਮੈਨੂੰ ਨਹੀਂ ਲੱਗਦਾ ਵੀ ਇਸ ਟੂਰ ਦੇ ਵਿੱਚ ਮੈਂ ਸਾਰੇ ਕੈਲੀਫੋਰਨੀਆ ਦੇ ਸੱਜਣਾ ਮਿੱਤਰਾਂ ਨੂੰ ਮਿਲ ਪਾਉਂਗਾ ਸੋ ਇਸ ਟਾਈਮ ਮੈਂ ਟ੍ਰੇਸੀ ਚ ਹਾਂ ਪਰ ਕੱਲ ਇੱਕ ਬਹੁਤ ਸੋਹਣਾ ਮੇਲਾ ਹੋਇਆ ਸੀ ਫ੍ਰੈਜ਼ਨੋ ਚ ਪੰਜਾਬੀਆਂ ਦਾ ਤੇ ਜਿਹਨੂੰ ਫਤਿਹ ਮੇਲਾ ਦਾ ਜਿਹੜਾ ਨਾਂ ਦਿੱਤਾ ਗਿਆ ਕਿਉਂਕਿ ਕੰਵਰ ਗਰੇਵਾਲ ਜਿਨ੍ਹਾਂ ਨਾਲ ਸਾਨੂੰ ਪਤਾ ਹੀ ਹੈ ਵੀ ਕਿਸਾਨੀ ਸੰਘਰਸ਼ ਦੌਰਾਨ ਵੱਡਾ ਯੋਗਦਾਨ ਰਿਹਾ ਤੇ ਉਹ ਅੱਜ ਕੱਲ ਫਤਿਹ ਦੌਰੇ ਦੇ ਉੱਤੇ ਨਿਕਲੇ ਹੋਏ ਆ ਜਿਹਨੂੰ ਫਤਿਹ ਟੂਰ ਕਹਿ ਸਕਦੇ ਆ ਤਾਂ ਉਸ ਟੂਰ ਦੇ ਤਹਿਤ ਉਹ ਕੱਲ ਫ੍ਰੈਜ਼ਨੋ ਦੇ ਵਿੱਚ ਸਨ ਤਾਂ ਫ੍ਰੈਜ਼ਨੋ ਦੇ ਇਸ ਮੇਲੇ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਤੇ ਬਹੁਤ ਹੀ ਭਰਮਾ ਕੱਟ ਸੀ ਤੇ ਬਹੁਤ ਹੀ ਸੋਹਣਾ ਜਿਹੜਾ ਮੇਲਾ ਅਰੇਂਜ ਕੀਤਾ ਗਿਆ ਤੇ ਪੁਰਾਣੇ ਤੇ ਬਹੁਤ ਹੀ ਨਾਮੀ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ 'ਚ ਖਾਸ ਕਰਕੇ ਜੇ ਜ਼ਿਕਰ ਕਰਾਂ ਤਾਂ ਮੈਂ ਮੈਡਮ ਆਸ਼ਾ ਸ਼ਰਮਾ ਜਿਹੜੇ ਕਿ ਸਟੇਜਾਂ ਦੀ ਰੌਣਕਾਂ ਰਹੇ ਆ ਪਿਛਲੇ 40 ਸਾਲਾਂ ਤੋਂ ਉਹਨਾਂ ਦਾ ਨਾਂ ਸਟੇਜਾਂ ਤੇ ਸਿਰ ਚੜ੍ਹ ਕੇ ਬੋਲਦਾ ਰਿਹਾ ਤੇ ਉਸ ਤੋਂ ਬਾਅਦ ਮੈਨੂੰ ਉੱਥੇ ਹਰਜਿੰਦਰ ਕੰਗ ਮਿਲੇ ਜਿਨ੍ਹਾਂ ਨੇ ਕਿ ਪੰਜਾਬੀ ਮਾਂ ਬੋਲੀ ਲਈ ਕਿੱਡੇ ਪਿਆਰੇ ਖੂਬਸੂਰਤ ਗੀਤ ਲਿਖੇ ਆ ਤੇ ਪੰਜਾਬੀ ਬੋਲੀ ਤੇ ਬਹੁਤ ਕੰਮ ਕੀਤਾ ਖਾਸ ਕਰਕੇ ਉਹਨਾਂ ਦਾ ਗੀਤ ਹੰਸ ਰਾਜ ਹੋਰਾਂ ਦੀ ਆਵਾਜ਼ ਚ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਉ ਪਾਉਣ ਦੇ ਕਿੰਨਾ ਪਾਪੂਲਰ ਹੋਇਆ ਸੀ ਹੋਰ ਵੀ ਬਹੁਤ ਸਾਰੇ ਉਹਨਾਂ ਨੇ ਲਿਖੇ ਆ ਉਹਨਾਂ ਦੇ ਨਾਲ ਨਾਲ ਹੋਰ ਬਹੁਤ ਸਾਹਿਤਕ ਤੇ ਸਪੋਰਟਸ ਦੀਆਂ ਵੀ ਜਿਹੜੀਆਂ ਹਸਤੀਆਂ ਮਿਲੀਆਂ ਤੇ ਬੜਾ ਚੰਗਾ ਲੱਗਿਆ ਵੀ ਉਹ ਆਸਟ੍ਰੇਲੀਆ ਨੂੰ ਨੇੜੇ ਤੋਂ ਵਾਚ ਕਰਦੇ ਆ ਤੇ ਜਦੋਂ ਉਹਨਾਂ ਨੂੰ ਸਾਡੀ ਇੱਥੇ ਆਮਦ ਦਾ ਪਤਾ ਲੱਗਿਆ ਤਾਂ ਬਹੁਤ ਸਾਰੇ ਲੋਕ ਮਿਲ ਕੇ ਆ ਕੇ ਮਿਲ ਕੇ ਗਏ ਸੋ ਇਸੇ ਦੌਰਾਨ ਬਹੁਤ ਸਾਰੇ ਨੌਜਵਾਨ ਚਿੰਤਕਾਂ ਨਾਲ ਵੀ ਮਿਲਣ ਦਾ ਮੌਕਾ ਮਿਲਿਆ ਸੋ ਮੈਂ ਇੱਕ ਚੀਜ਼ ਜਿਹੜੀ ਜਿੰਨੀ ਕੁ ਦੇਖੀ ਆ ਉਸ ਦਾ ਇਸ ਦੌਰੇ ਦੌਰਾਨ ਅਮਰੀਕਾ ਦੇ ਵਿੱਚ ਜਿੱਥੇ ਬਹੁਤ ਵੱਡੇ ਵੱਡੇ ਜ਼ਿਮੀਂਦਾਰ ਨੇ ਜਿਨ੍ਹਾਂ ਦੀ ਕੋਈ ਗਿਣਤੀ ਹਜ਼ਾਰਾਂ ਹਜ਼ਾਰਾਂ ਏਕੜਾਂ ਦੇ ਵਿੱਚ ਸ਼ਾਮਲ ਆ ਉੱਥੇ ਜਿਹੜਾ ਨੌਜਵਾਨ ਵਰਗ ਵੀ ਆ ਉਹਦਾ ਵੀ ਆਸਟ੍ਰੇਲੀਆ ਵਾਂਗੂ ਜਿਹੜਾ ਬੋਲੀ ਦੀ ਪਕੜ ਆ ਜਾਂ ਪੰਜਾਬੀ ਪੰਜਾਬੀ ਦੀ ਪਕੜ ਆ ਉਹ ਸੇਮ ਆ ਨਾ ਕਿ ਕੈਨੇਡਾ ਵਾਂਗ ਕੈਨੇਡਾ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਸਾਲ 6 ਮਹੀਨੇ ਲਾਉਣ ਦੇ ਬਾਅਦ ਜਿਹੜੀ ਇੱਕ ਭਾਸ਼ਾ ਉਹ ਬਦਲ ਜਾਂਦੀ ਹੈ ਤੇ ਜਿੱਦਾਂ ਕੀ ਤੇ ਕਿੱਦਾਂ ਕੀ ਤੇ ਇੱਦਾਂ ਇੱਦਾਂ ਗੱਲਾਂ ਕਰਨ ਲੱਗ ਜਾਂਦੇ ਆ ਪਰ ਅਮਰੀਕਾ ਦੇ ਵਿੱਚ ਮੈਨੂੰ ਹਜੇ ਤੱਕ ਬਹੁਤ ਘੱਟ ਚਾਂਸ ਮਿਲਿਆ ਵੀ ਜਿਹੜੇ ਇੱਦਾਂ ਦੀ ਭਾਸ਼ਾ ਬੋਲਦੇ ਆ ਲੋਕ ਹਾਂ ਜਿਹੜੇ ਪੁਰਾਣੇ ਬੰਦੇ ਆਏ ਆ 40 ਤੋਂ 50 ਸਾਲ ਪਹਿਲਾਂ ਉਹਨਾਂ ਦਾ ਥੋੜ੍ਹਾ ਜਿਹਾ ਮੈਨੂੰ ਭਾਸ਼ਾ ਦਾ ਦਿਖਿਆ ਵੀ ਉਹ ਜਿਵੇਂ ਭੱਲੇ ਦਾ ਇੱਕ ਜਿਹੜਾ ਚੁਟਕਲਾ ਸੁਣਦੇ ਹੁੰਦੇ ਜਾ ਉਹ ਜ਼ਰੂਰ ਕਿਸੇ ਕਿਸੇ ਵੇਲੇ ਜਾ ਕਰ ਜਾਂਦੇ ਆ ਤੇ ਪਰ ਨਹੀਂ ਕੁੱਲ ਮਿਲਾ ਕੇ ਬਹੁਤ ਮਜ਼ੇਦਾਰ ਟੂਰ ਜਾ ਰਿਹਾ ਜੀ ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਬਰਾੜ ਸਾਹਿਬ ਕੋਈ ਨਵੀਂ ਤਾਜ਼ੀ ਹੋਰ ਅਮਰੀਕਾ ਦੀ ਕਿਉਂਕਿ ਸੁਣਨ ਵਿੱਚ ਆਇਆ ਸੀ ਕਿ ਜੋ ਬਾਈਡਨ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਵਰਚੁਅਲ ਕਾਨਫਰੰਸ ਹੋਈ ਆ ਤੇ ਉਹਨਾਂ ਨੇ ਰੂਸ ਦੇ ਮੁੱਦੇ ਦੇ ਉੱਤੇ ਵਿਚਾਰ ਚਰਚਾ ਕੀਤੀ ਆ ਹਾਂਜੀ ਬਿਲਕੁਲ ਉਹਨਾਂ ਨੇ ਟਵੀਟ ਵੀ ਅੱਜ ਪਾਇਆ ਤੇ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜਾ ਅਸੀਂ ਭਾਰਤ ਨਾਲ ਰਲ ਕੇ ਇਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਦੇਖੋ ਜੇ ਮਸਲਿਆਂ ਦੇ ਹੱਲ ਕੱਢਣੇ ਹੁੰਦੇ ਤਾਂ ਇੰਨਾ ਨੁਕਸਾਨ ਕਰਾ ਕੇ ਨਹੀਂ ਕੱਢੇ ਜਾਂਦੇ ਹੁੰਦੇ ਮਸਲਿਆਂ ਦੇ ਹੱਲ ਤਾਂ ਉਹੀ ਹੁੰਦੇ ਆ ਸਿਆਣ ਉਹੀ ਹੁੰਦੀ ਆ ਜੇ ਉਹ ਪਹਿਲਾਂ ਅਗਾਊਂ ਸੰਭਾਲੀ ਜਾ ਸਕੇ ਹੁਣ ਤੁਸੀਂ ਦੇਖਦੇ ਹੋ ਵੀ ਹੁਣ ਜਿਹੜਾ ਮਾਹੌਲ ਕੈਮੀਕਲ ਵਾਲੇ ਪਾਸੇ ਨੂੰ ਚੱਲ ਪਿਆ ਨਿਊਕਲੀਅਰ ਤਾਂ ਚਲੋ ਆਪਾਂ ਨਿਊਕਲੀਅਰ ਤੋਂ ਤਾਂ ਡਰਦੇ ਹਾਂਗੇ ਕਿਉਂਕਿ ਨਿਊਕਲੀਅਰ ਦਾ ਸਵਾਦ ਤਾਂ ਦੁਨੀਆ ਚੱਖ ਚੁੱਕੀ ਆ ਜੇ ਗੱਲ ਕਰੀਏ ਤਾਂ ਜਦੋਂ ਨਾਗਾਸਾਕੀ ਤੇ ਹੀਰੋਸ਼ਿਮਾ ਦਾ ਕਾਂਡ ਹੁੰਦਾ ਹਾਲਾਂਕਿ ਉਦੋਂ ਉਹ ਪੂਰੇ ਵਿਕਸਿਤ ਨਿਊਕਲੀਅਰ ਨਹੀਂ ਸੀ ਪਰ ਫੇਰ ਵੀ ਉਹਦਾ ਸਵਾਦ ਹਜੇ ਤੱਕ ਦੁਨੀਆ ਚੱਕ ਰਹੀ ਆ ਤੇ ਪਰ ਜਿਹੜਾ ਕੈਮੀਕਲ ਜੰਗ ਦੀ ਗੱਲ ਕਰਦੇ ਹਾਂ ਮੇਰਾ ਸ਼ੁਰੂ ਤੋਂ ਮੰਨਣਾ ਵੀ ਕੈਮੀਕਲ ਜੰਗ ਆ ਜਿਹੜੀ ਉਹ ਕਿਤੇ ਜ਼ਿਆਦਾ ਖਤਰਨਾਕ ਹੈ ਇਸ ਤੋਂ ਕਿਉਂਕਿ ਕੈਮੀਕਲ ਇੱਕ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਇੱਕ ਵਾਰੀ ਫਿਜ਼ਾ ਦੇ ਵਿੱਚ ਘੁਲ ਗਈਆਂ ਜਾਂ ਕਿਤੇ ਵੀ ਚੱਲ ਗਈਆਂ ਉਹ ਛੇਤੀ ਛੇਤੀ ਆਪਦਾ ਅਸਰ ਨਹੀਂ ਕਮਾਉਂਦੀਆਂ ਉਹਨਾਂ ਦਾ ਜਿਹੜਾ ਲੌਂਗ ਪੀਰੀਅਡ ਹੁੰਦਾ ਜੇ ਅਸੀਂ ਸਿੰਪਲ ਕੈਮੀਕਲ ਆਪਦੇ ਕਿਤੇ ਖੇਤ ਤੇ ਵੀ ਸਪਰੇ ਕਰਦੇ ਹਾਂ ਜਾਂ ਹੋਰ ਕਰਦੇ ਹਾਂ ਤੇ ਮਹੀਨਾ ਮਹੀਨਾ ਉਹਨਾਂ ਦੇ ਅਸਰ ਨਹੀਂ ਜਾਂਦੇ ਉਹਦਾ ਇੱਕ ਸਿੰਪਲ ਹੈ ਕਿ ਜਾਨਵਰਾਂ ਨੂੰ ਕੀੜੀਆਂ ਮਕੌੜਿਆਂ ਨੂੰ ਮਾਰਨ ਵਾਲਾ ਪਰ ਜਿਹੜਾ ਕੈਮੀਕਲ ਬਣਿਆ ਹੀ ਬੰਦੇ ਨੂੰ ਮਾਰਨ ਲਈ ਆ ਉਹ ਕੈਮੀਕਲ ਦਾ ਹੁਣ ਤੁਸੀਂ ਸੋਚ ਕੇ ਦੇਖੋ ਵੀ ਤਬਾਹੀ ਦਾ ਕਿੰਨਾ ਜ਼ਿਆਦਾ ਉਹਦੇ ਨਾਲ ਜਲੂਸ ਨਿਕਲੂ ਆ ਫਿਰ ਮੈਨੂੰ ਲੱਗਦਾ ਅਮਰੀਕਾ
ਜਿਹੜਾ ਇਹ ਰੋਕ ਸਕਦਾ ਸੀ ਇਸ ਗੱਲ ਨੂੰ ਜੇ ਚਾਹੁੰਦਾ ਅਮਰੀਕਾ ਇਸ ਤੱਕ ਆਉਣ ਨਹੀਂ ਦਿੰਦਾ ਆਉਣ ਨਹੀਂ ਦੇ ਸਕਦਾ ਸੀ ਜੇ ਉਹ ਚਾਹੁੰਦਾ ਪਰ ਮੈਨੂੰ ਕੱਲ ਇੱਕ ਨਾ ਅਮਰੀਕਨ ਰਿਟਾਇਰ ਫੌਜੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਪੰਜਾਬੀ ਮੁੰਡਾ ਜਿਹਨੇ ਐਡਵਾਂਸ ਚ ਜਿਹੜੀ ਫੌਜ ਚ ਰਿਟਾਇਰਮੈਂਟ ਲੈ ਲਈ ਆਉਣ ਵਾਲੇ ਦਿਨਾਂ ਚ ਅਸੀਂ ਉਹਨਾਂ ਦਾ ਪੂਰੇ ਐਪੀਸੋਡ ਸ਼ੇਅਰ ਕਰਾਂਗੇ ਤੇ ਉਹਨਾਂ ਨੇ ਜੋ ਅਮਰੀਕਨ ਫੌਜ ਬਾਰੇ ਗੱਲਾਂ ਕਰੀਆਂ ਜਾਂ ਦੱਸੀਆਂ ਉਹ ਰੋ ਮਿੱਟੇ ਖੜੇ ਕਰਨ ਵਾਲੀਆਂ ਸੀ ਤੇ ਉਹਨਾਂ ਨੇ ਆਪਣੀ ਜੌਬ ਇਸ ਉੱਥੋਂ ਛੱਡਤੀ ਜਿਹੜਾ ਨੌਜਵਾਨ ਪਹਿਲਾਂ ਸੋਚਦਾ ਸੀ ਵੀ ਸਾਡੇ ਬਜ਼ੁਰਗਾਂ ਨੂੰ ਇਸ ਮੁਲਕ ਨੇ ਥਾਂ ਦਿੱਤਾ ਤੇ ਸਾਨੂੰ ਇਹਦੇ ਲਈ ਕੁਛ ਕਰਨਾ ਚਾਹੀਦਾ ਸਾਡੇ ਸਿਰ ਡੈਟ ਹੈ ਇਹਦਾ ਪਰ ਅੱਜ ਉਹ ਨੌਜਵਾਨ ਸੋਚਦਾ ਵੀ ਨਹੀਂ ਅਮਰੀਕਾ ਦੀ ਜਿਹੜੀ ਨੀਤੀ ਆ ਉਹ ਗਲਤ ਆ ਸੋ ਇਸ ਕਰਕੇ ਅਮਰੀਕਾ ਦੇ ਵਿੱਚ ਚਾਹੇ ਟਰੰਪ ਆਏ ਚਾਹੇ ਬਾਈਡਨ ਆਇਆ ਚਾਹੇ ਕੋਈ ਹੋਰ ਰਿਹਾ ਇੱਥੇ ਉਹਨਾਂ ਨੇ ਆਪਦਾ ਸੂਤ ਦੇਖਿਆ ਤੇ ਉਹਨਾਂ ਲਈ ਬੰਦੇ ਦੀ ਜਾਨ ਕੋਈ ਖਾਸ ਅਹਿਮੀਅਤ ਨਹੀਂ ਰੱਖਦੀ ਮੈਂ ਅਮਰੀਕਾ ਦੀ ਧਰਤੀ ਤੇ ਬੈਠ ਕੇ ਇਹ ਗੱਲ ਕਰ ਰਿਹਾ ਜੀ ਬ੍ਰਾਦਰ ਸਾਹਿਬ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਜੀ ਫੈਡਰਲ ਜਿਹੜੀ ਇਲੈਕਸ਼ਨਸ ਆ ਉਹਦੀ ਡੇਟ ਐਲਾਨੀ ਗਈ ਹੈ ਜੀ ਸਕਾਟ ਮੋਰਿਸਨ ਵੱਲੋਂ 21 ਮਈ ਸੋ ਕੀ ਤੁਹਾਨੂੰ ਲੱਗਦਾ ਕਿ ਫਿਰ ਤੋਂ ਲਿਬਰਲ ਆਪਣੇ ਪੈਰ ਪਸਾਰ ਸਕਦੀ ਹੈ ਕਿਉਂਕਿ ਪਿੱਛੇ ਜੇਕਰ ਤੁਸੀਂ ਸਮੀਖਿਆ ਕੀਤੀ ਹੋਵੇ ਸਕਾਟ ਮੋਰਿਸਨ ਜੀ ਦੇ ਕੰਮਾਂ ਦੀ ਤਾਂ ਲੋਕ ਉਹਨਾਂ ਨੂੰ ਆਮ ਲੋਕ ਸਵਾਲ ਕਰਦੇ ਨਜ਼ਰ ਆਏ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚੋਂ ਭੱਜਦੇ ਨਜ਼ਰ ਆ ਰਹੇ ਨੇ ਤੇ ਜੇਕਰ ਦੇਖਿਆ ਜਾਵੇ ਸੋਸ਼ਲ ਮੀਡੀਆ 'ਤੇ ਤਾਂ ਕਾਫੀ ਵੀਡੀਓ ਵਾਇਰਲ ਵੀ ਹੋ ਰਹੀਆਂ ਨੇ ਕਿ ਸਕਾਟ ਮੋਰਿਸਨ ਨੂੰ ਲੋਕ ਆਮ ਲੋਕ ਸਵਾਲ ਕਰ ਰਹੇ ਨੇ ਤੇ ਉਹਨਾਂ ਦਾ ਸਵਾਲਾਂ ਦੇ ਜਵਾਬ ਦੇਣ ਦੇ ਅਸਮਰੱਥ ਨੇ ਬਿਲਕੁਲ ਜੀ ਤੁਹਾਡੇ ਸਾਹਮਣੇ ਹੈ ਇਸ ਵਾਰ ਜਿਹੜਾ ਬਦਲਾਅ ਆਸਟ੍ਰੇਲੀਆ ਦੇ ਵਿੱਚ ਵੀ ਆਊਗਾ ਕਾਰਨ ਉਹਦਾ ਇੱਕ ਤਾਂ ਜਿਹੜੀ ਪਾਵਰ ਆ ਜੋ ਲੰਮਾ ਚਿਰ ਰਹਿ ਜਾਂਦੀ ਆ ਉਹਦੇ ਅਗੇਂਸਟ ਜਿਹੜੀ ਆਵਾਜ਼ਾਂ ਉੱਠਣ ਲੱਗ ਹੀ ਜਾਂਦੀਆਂ ਕਿਉਂਕਿ ਲੋਕਾਂ ਨੂੰ ਤਬਦੀਲੀਆਂ ਚਾਹੀਦੀਆਂ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਇੱਕ ਸੁਭਾਅ ਖਾਸ ਕਰਕੇ ਇਨਸਾਨੀ ਸੁਭਾਅ ਦੂਜੀ ਗੱਲ ਇਹ ਹੈ ਵੀ ਜੇ ਸਕਾਟ ਮੈਰਿਸਨ ਹੋਰਾਂ ਦਾ ਜਿਹੜਾ ਆਪਾਂ ਸਾਰਾ ਦੌਰ ਦੇਖੀਏ ਹੁਣ ਤੱਕ ਦਾ ਉਹਦੇ ਚ ਕਾਫੀ ਉਤਰਾਅ ਚੜਾ ਰਹੇ ਆ ਕਾਫੀ ਵਿਵਾਦ ਪਸਤ ਵੀ ਰਹੇ ਆ ਉਹਨਾਂ ਦੇ ਫੈਸਲੇ ਜਿਹੜਾ ਖਾਸ ਕਰਕੇ ਜਿਹੜੀ ਵਿਦੇਸ਼ ਨੀਤੀ ਆ ਵਿਦੇਸ਼ ਨੀਤੀ ਚ ਜੇ ਅਸੀਂ ਜ਼ਿਮੀਦਾਰ ਦੇ ਪੱਖ ਤੋਂ ਦੇਖੀਏ ਆਸਟ੍ਰੇਲੀਅਨ ਜ਼ਿਮੀਦਾਰ ਦੇ ਪੱਖ ਤੋਂ ਦੇਖੀਏ ਤਾਂ ਵਿਦੇਸ਼ ਨੀਤੀ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਮਾਰ ਖਾਧੀ ਆ ਆਸਟ੍ਰੇਲੀਆ ਨੇ ਮਾਰ ਖਾਧੀ ਆ ਉਹ ਕਿ ਚਾਹੇ ਲੱਖ ਮਨ ਮੁਟਾਵ ਹੋ ਜਾਣ ਕਿਸੇ ਮੁਲਕ ਨਾਲ ਲੱਖ ਮਤਭੇਦ ਹੋ ਜਾਣ ਕਿਸੇ ਮੁਲਕ ਨਾਲ ਪਰ ਉਹਦੇ ਚ ਜਿਹੜੀ ਇੱਕ ਵਪਾਰ ਆ ਉਹ ਚੱਲਦਾ ਰਹਿੰਦਾ ਕਿਸੇ ਨਾ ਕਿਸੇ ਢੰਗ ਨਾਲ ਦੁਵੱਲੇ ਸਮਝੌਤੇ ਇਹੋ ਜਿਹੇ ਕੀਤੇ ਜਾ ਰਹੇ ਹੁੰਦੇ ਆ ਵੀ ਪੋਲੀਟੀਕਲੀ ਕੋਈ ਪ੍ਰੋਬਲਮ ਆ ਗਈ ਪਰ ਇੱਕ ਜਿਹੜਾ ਬਿਊਰੋਕਰੇਸੀ ਦੇ ਤਹਿਤ ਜਿਹੜੇ ਮਸਲੇ ਹੁੰਦੇ ਆ ਸੁਲਝਾਏ ਜਾ ਸਕਦੇ ਆ ਬਿਜ਼ਨਸ ਦੇ ਵਪਾਰ ਦੇ ਉਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਹੁੰਦਾ ਪਰ ਅਸੀਂ ਇੱਥੇ ਹੁਣ ਬਹੁਤ ਅਪਸੈਟ ਹਾਂ ਖਾਸ ਕਰਕੇ ਆਸਟ੍ਰੇਲੀਅਨ ਜ਼ਿਮੀਦਾਰ ਵੀ ਉਹਨਾਂ ਦਾ ਐਕਸਪੋਰਟ ਇੰਪੋਰਟ ਦਾ ਜਿਹੜਾ ਸਾਰਾ ਕੁਛ ਹੀ ਰੁਕਿਆ ਪਿਆ ਸਾਡੀ ਫਸਲ ਆ ਜਿਹੜੀ ਇਹਦੇ ਰੇਟ ਅੱਧੇ ਹੋ ਗਏ ਤੇ ਸਾਨੂੰ ਜਿਹੜੀ ਚੀਜ਼ਾਂ ਇੰਪੋਰਟ ਹੋ ਕੇ ਇੱਥੇ ਆਉਂਦੀਆਂ ਸੀ ਜਿਨ੍ਹਾਂ ਚ ਖਾਦਾਂ ਸਨ ਜਿਹੜੀਆਂ ਸਾਨੂੰ ਸਸਤੀਆਂ ਮਿਲਦੀਆਂ ਸੀ ਉਹਨਾਂ ਦੇ 3 ਗੁਣਾ ਰੇਟ ਚੱਕੇ ਗਏ ਹੁਣ ਅੱਜ ਇੱਕ ਖਾਦ ਦਾ ਬੋਰਾ ਜਿਹੜਾ $10-12 ਤੋਂ $15 ਦਾ ਸੀ ਸਾਡੇ ਕੋਲੇ ਮਿਲਦਾ ਸੀ ਜਾਂ ਈਜ਼ੀ ਐਨ ਸਾਨੂੰ 50-60 ਸੈਂਟ ਨੂੰ ਲੀਟਰ ਮਿਲਦੀ ਸੀ ਅੱਜ ਉਹ ਵੱਧ ਕੇ $1.5 ਨੂੰ ਲੀਟਰ ਹੋ ਗਈ ਆ 3 ਗੁਣੇ ਪ੍ਰਾਈਸ ਵੱਧ ਗਏ ਤੇ ਦੂਜੇ ਪਾਸੇ ਸਾਡੀ ਵਾਈਨ ਦੀ ਸਪਲਾਈ ਨਾ ਜਾਣ ਕਰਕੇ ਉਹਦੇ ਜਿਹੜੇ ਪ੍ਰਾਈਸ ਆ ਉਹ ਘੱਟ ਕੇ ਅੱਧ ਤੋਂ ਵੀ ਘੱਟ ਕੇ ਰਹਿ ਗਏ ਜਿਹੜੇ ਪਿਛਲੇ ਸਾਲ 680 ਨੂੰ ਸ਼ਰਾਜ ਗਏ ਸੀ ਉਹ ਇਸ ਵਾਰ 310 ਨੂੰ ਸ਼ਰਾਜ ਗਏ ਆ ਸੋ ਇਸ ਕਰਕੇ ਦੂਰੀ ਮਾਰ ਪੈ ਰਹੀ ਆ ਤੇ ਲੋਕ ਕਿਤੇ ਨਾ ਕਿਤੇ ਅੱਕੇ ਬੈਠੇ ਆ ਤੇ ਇਹ ਨਤੀਜੇ ਇਹਦੇ ਦੇਖਿਓ ਤੁਹਾਡੇ ਸਾਹਮਣੇ ਆਏ ਹੱਕ ਚ ਆਉਣੇ ਲੱਗਦੇ ਨਹੀਂ ਮੇਰੀ ਤਾਂ ਇਹੀ ਪ੍ਰੈਡਿਕਸ਼ਨ ਜੀ ਬ੍ਰਾਦਰ ਸਾਹਿਬ ਜਾਂਦੇ ਜਾਂਦੇ ਭਾਰਤ ਦੀ ਗੱਲ ਕਰਦੇ ਹਾਂ ਖਾਸ ਕਰਕੇ ਪੰਜਾਬ ਦੇ ਨਾਲ ਜੁੜੇ ਹੋਏ ਮਸਲਿਆਂ ਦੀ ਗੱਲ ਕਰਦੇ ਹਾਂ ਹੁਣ ਫਸਲ ਦੀ ਚੁਕਾਈ ਲਈ ਮੰਡੀਆਂ ਦੇ ਵਿੱਚ ਫਿਰ ਤੋਂ ਜਿਹੜੇ ਕਿਸਾਨ ਆਉਣ ਦੀ ਕਣਕ ਰੁਲ ਰਹੀ ਹੈ ਪਰ ਨਾਲ ਹੀ ਜਿਹੜੀਆਂ ਖਬਰਾਂ ਆ ਰਹੀਆਂ ਜੇ ਨਿਕਲ ਕੇ ਆ ਰਹੀਆਂ ਹੈ ਕਿ ਜਿਹੜਾ ਕੇਂਦਰ ਸਰਕਾਰ ਤੋਂ ਕਿਸਾਨਾਂ ਨੇ ਲਗਾਤਾਰ ਬਿੱਲ ਮਾਫ਼ ਕਰਵਾਉਣ ਲਈ ਉੱਥੇ ਧਰਨੇ ਦਿੱਤੇ ਸੀ ਉਹੀ ਕਿਸਾਨ ਅੱਜ ਅਬਾਨੀਆਂ ਅੰਡਾਨੀਆਂ ਨੂੰ ਆਪਣੀ ਕਣਕ ਵੇਚਣ ਲਈ ਮਜਬੂਰ ਨੇ ਬਿਲਕੁਲ ਜੀ ਇਹ ਤਾਂ ਉਦੋਂ ਵੀ ਜਦੋਂ ਧਰਨਾ ਚੱਲ ਰਿਹਾ ਸੀ ਉਦੋਂ ਵੀ ਵਾਪਰ ਰਿਹਾ ਸੀ ਸੇਮ ਟਾਈਮ ਤੇ ਵਾਪਰ ਰਿਹਾ ਸੀ ਗੱਲ ਜਦੋਂ ਤੁਸੀਂ ਬਰਾਡ ਲੈਵਲ ਤੇ ਦੇਖਦੇ ਹੋ ਜਾਂ ਵੱਡੇ ਲੈਵਲ ਤੇ ਹੋ ਕੇ ਦੇਖਦੇ ਹੋ ਤਾਂ ਤੁਹਾਨੂੰ ਸਾਰੀਆਂ ਕਿਸਮ ਦੇ ਲੋਕ ਹੁੰਦੇ ਆ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਬਾਗੀ ਵੀ ਹੁੰਦੇ ਆ ਹੱਕ 'ਚ ਖੜਨ ਵਾਲੇ ਵੀ ਹੁੰਦੇ ਆ ਸੋ ਇਹੋ ਜਿਹੇ ਲੋਕ ਉਦੋਂ ਵੀ ਸਾਹਮਣੇ ਆਏ ਸੀ ਜਦੋਂ ਇੰਨਾ ਜ਼ਿਆਦਾ ਤੱਤਾ ਮੋਰਚਾ ਚੱਲ ਰਿਹਾ ਸੀ ਤੇ ਉਸ ਟਾਈਮ ਵੀ ਉਹ ਲਿਆ ਕੇ ਵੇਚ ਰਹੇ ਸੀ ਸੋ ਮੈਨੂੰ ਲੱਗਦਾ ਵੀ ਇਹ ਤਾਂ ਇੱਕ ਬੰਦਾ ਕਰੂ ਕਿ ਜਦੋਂ ਬੰਦੇ ਕੋਲੇ ਖਰਚਾ ਚਲਾਉਣ ਨੂੰ ਕੁਛ ਹੈ ਨਹੀਂ ਪੱਲੇ ਤਾਂ ਬੰਦਾ ਕਰੂ ਕਿ ਬੰਦੇ ਨੂੰ ਕਿਤੋਂ ਤਾਂ ਕੁਛ ਲਿਆਉਣਾ ਹੀ ਪੈਣਾ ਨਾ ਸੋ ਫਿਰ ਉਹਨਾਂ ਨੂੰ ਮਸਾਂ 6 ਮਹੀਨਿਆਂ ਦੀ ਡੀਕ ਦੀ ਫਸਲ ਆਈ ਆ ਤੇ ਜੇ ਉਹਨਾਂ ਨੂੰ ਆਪਸ਼ਨ ਅਬਾਨੀ ਅਡਾਨੀ ਮਿਲ ਗਈ ਤਾਂ ਦੇਤੀ ਦੂਜੀ ਜਿਹੜੀ ਸੈਂਟਰ ਸਰਕਾਰ ਆ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਜੇ ਉਹ ਐਡੀ ਈਜ਼ੀਲੀ ਫਸਲ ਚੱਕ ਲੈਣਗੇ ਤਾਂ ਬੀਜੇਪੀ ਦਾ ਫਿਰ ਕੱਦ ਕਿਵੇਂ ਵੱਡਾ ਹੋਊਗਾ
बीजेपी आपका कद वड्डा करने लई एक बारी गल चूठा देगी फिर आपका सहण करके भी देखो पंजाब गवर्नमेंट फेल होगी असी जिहड़ा फसल का यह हल किया जिमीदारा नूं आपदे वल करन दी जिहड़ा एक आम टिपिकल पत्ते आ वह भी चलूगी जिहड़ा कोई कोई बड़ा सियासी चाल नहीं इहनूं मैं समझदा कोई गहरी चाल आ पर एक नॉर्मल जिहड़ियां चालां सदियां तों इदां चलदियां आईआं ते उह चलणगीआं। बाकी पंजाब सरकार आ जिहड़ी स्टेट की पावर की जे गल करिए हुण अमेरिका दे विच 50 तों करीब स्टेटां इत्थे दी सरकार आ जिहड़ी कोई कानून आ उह बहुत औखा बदलदी आ बहुत औखा थोपदी आ किसे पर जिहड़ा इंडिया दे मामले च देखिए तां हुण मजोरिटी आ जिहड़ी उन्हां कोले बीजेपी कोले आ ते उह लै आउंदे आ जदों जी करदा किहड़ा कानून ते जदों जी करदा किसे दे गले दे विच जिहड़ी संगी दे उत्ते जिहड़ा अंगूठा धर दिंदे आ। सो हुण पंजाब नूं उह किसे ना किसे ਜਿਹੜੇ ਸੈਂਟਰ ਤੇ ਜਿੱਥੇ ਜਿੱਥੇ ਪੰਜਾਬ ਉਹਨਾਂ ਦੇ ਮੁਹਤਾਜ ਆ ਉੱਥੇ ਉੱਥੇ ਉਹ ਉਹਨਾਂ ਦੀ ਸੰਗੀ ਕਸੂਗਾ ਇੱਥੋਂ ਤੱਕ ਕਿ ਵੀ GST ਦਾ ਵੀ ਜਿਹੜਾ ਪੈਸਾ ਸਿੱਧਾ ਕਿਰਾਂ ਸੈਂਟਰ ਨੂੰ ਜਾਂਦਾ ਤੇ ਫਿਰ ਵਾਪਸ ਪੰਜਾਬ ਸਟੇਟ ਨੂੰ ਆਉਂਦਾ ਤੇ ਉਹਦੇ ਤੇ ਵੀ ਤੁਸੀਂ ਦੇਖੀ ਜਾਓ ਡਿਲੇ ਹੋਊਗਾ ਤੇ ਫਿਰ ਭਗਵੰਤ ਮਾਨ ਉਹ ਰਾਮ ਬੰਨੂਆਂ ਜਾਂ ਪਾਰਟੀ ਬੰਨੀਓ ਕੀਤੇ ਵਾਅਦੇ ਆਮ ਆਦਮੀ ਪਾਰਟੀ ਬੰਨੀਓ ਉਹ ਉਹ ਕਿਸੇ ਢੰਗ ਨਾਲ ਸਿਰੇ ਨਹੀਂ ਲੱਗਣਗੇ। ਸੋ ਇਹੀ ਤਰੀਕੇ ਹੁੰਦੇ ਆ ਪੋਲਿਟਿਕਸ ਦੇ ਜੋ ਕਰੀ ਜਾ ਰਹੇ ਆ। ਜੀ ਜੀ ਮਿੰਟੂ ਬਰਾੜ ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਜੀ ਅਗਲੇ ਹਫਤੇ, ਤੁਸੀਂ ਮਾਣਦੇ ਰਹੋ ਜੀ ਅਮਰੀਕਾ ਦੀਆਂ ਗਤੀਵਿਧੀਆਂ ਦਾ ਆਨੰਦ। ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ, ਮਿਹਰਬਾਨੀ। ਸੋ ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ, ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।